ਗੱਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ। ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਅਤੇ ਅਸੀਂ ਆਪਣੇ ਨੀਟਾ ਇਟਾਲੀਅਨ ਡਾਈਵਲਿੰਗਸ ਤੋਂ ਤੁਹਾਨੂੰ ਆਪਣੇ ਹੋਰ ਨਵੇਂ ਸਟੂਡੈਂਟ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਕੱਲ੍ਹ ਹੀ ਆਪਣਾ ਟੈਸਟ ਜਿਹੜਾ ਕਲੀਅਰ ਕੀਤਾ ਹੈ ਅਤੇ ਅਸੀਂ ਅੱਜ ਉਹਨਾਂ ਦੀ ਇੰਟਰਵਿਊ ਲੈਣ ਜਾ ਰਹੇ ਹਾਂ। ਮੇਰੇ ਛੋਟੇ ਵੀਰ ਜੱਜ ਜੀ ਵੀਰ ਅਤੇ ਉਹਨਾਂ ਦੀ ਫਾਈਲ, ਅਤੇ ਰੱਬ ਦੀ ਮਿਹਰ ਦੇ ਨਾਲ ਹੀ ਦੋਨੇ ਲਿਖਿਆ ਆਇਆ ਹੈ। ਫਸਟ ਟਾਈਮ ਉਹਨਾਂ ਨੇ ਪੇਪਰ ਦਿੱਤਾ ਅਤੇ ਫਸਟ ਟਾਈਮ ਪਾਸ ਹੋਏ ਨੇ, ਅਤੇ ਬੜੀ ਲਗਨ ਅਤੇ ਮਿਹਨਤ ਦੇ ਨਾਲ ਇਹਨਾਂ ਨੇ ਮਿਹਨਤ ਕੀਤੀ ਆ। ਅਤੇ ਅੱਜ ਤੋਂ 2-3 ਮਹੀਨੇ ਪਹਿਲਾਂ ਸਾਡੇ ਕੋਲ ਆਏ ਸੀਗੇ ਪੜ੍ਹਨ ਵਾਸਤੇ, ਅਤੇ ਇਹਨਾਂ ਨੂੰ ਅਚਾਨਕ ਇੰਡੀਆ ਵੀ ਜਾਣਾ ਪੈ ਗਿਆ, ਜਿਹਦਾ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ ਆਪਣਾ ਪੇਪਰ ਦੇਣ ਦੇ ਵਿੱਚ। ਪਰ ਅੱਜ ਰੱਬ ਦੀ ਮਿਹਰ ਸਦਕਾ ਅਤੇ ਉਹਨਾਂ ਦੀ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਆ, ਉਹ ਕਲਾਸਾਂ ਵੀ ਲਾਉਂਦੇ ਰਹੇ ਅਤੇ ਘਰ ਜਾ ਕੇ ਪੜ੍ਹਦੇ ਵੀ ਰਹੇ, ਜਿਹੜੀ ਸਾਡੀ ਵੈਬਸਾਈਟ ਚੱਲ ਰਹੀ ਹੈ ਨੀਟਾ ਇਟਾਲੀਅਨ ਡਾਈਵਲਿੰਗਸ ਤੋਂ। ਅਤੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਦੋ ਬੋਲ ਤੁਹਾਨੂੰ ਦੱਸਣ ਵੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਦਾ ਸਾਡੇ ਨਾਲ ਜੁੜ ਕੇ ਸਾਡੇ ਕੋਲ ਸਟੱਡੀ ਕਰਕੇ। ਜਦ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੋ ਨੀਟਾ ਡਰਾਈਵਿੰਗ ਲਾਇਸੈਂਸ ਤੋਂ ਮੈਂ 6 ਮੰਥ ਤੋਂ ਕਲਾਸਾਂ ਲਾ ਰਿਹਾ, ਬਹੁਤ ਵਧੀਆ, ਮੇਰਾ ਬਹੁਤ ਵਧੀਆ ਭਾਜੀ ਨੇ ਐਕਸਪਲੇਨ ਕੀਤਾ, ਰਣਜੀਤ ਭਾਜੀ ਹੋਣਾ ਨੇ, ਰਣਜੀਤ ਸਰ ਹੋਣਾ ਨੇ, ਨੀਟਾ ਸਰ ਹੋਣਾ ਨੇ। ਮੈਂ ਨੀਟਾ ਸਰ ਹੋਣਾ ਕੋਲ ਪੜ੍ਹਿਆ 6 ਮੰਥ, ਫਿਰ ਮੈਂ 3 ਮਹੀਨੇ ਵਾਸਤੇ ਇੰਡੀਆ ਚਲਿਆ ਗਿਆ, ਔਰ ਰਣਜੀਤ ਸਰ ਕੋਲ ਮੈਂ ਆ ਕੇ 2-3 ਮਹੀਨੇ ਕਲਾਸਾਂ ਲਾਈਆਂ ਨੇ, ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਬਾਕੀ ਬਾਬੇ ਨਾਨਕ ਦੀ ਕਿਰਪਾ ਆ, ਦੋਨੀ ਆਇਆ। ਅਤੇ ਮੈਂ ਸਾਰੇ ਵੀਰਾਂ ਨੂੰ ਚਾਹੁੰਦਾ, ਸਾਰੇ ਵੀਰ ਮਿਹਨਤ ਕਰਨ ਅਤੇ ਆਪਣਾ ਕਾਮਯਾਬ ਹੋਣ। ਤੇ ਤੁਸੀਂ ਇੰਡੀਆ ਜਾ ਕੇ ਵੀ ਆਪਣੀ ਸਟੱਡੀ ਜਿਹੜੀ ਚਾਲੂ ਰੱਖੀ ਹੋਈ, ਜਿਵੇਂ ਕਿ ਇੱਥੇ ਪੜ੍ਹਦੇ ਰਹੇ? ਹਾਂਜੀ, ਮੈਂ ਉੱਥੇ ਔਨਲਾਈਨ ਸਾਡੀ ਸਟੱਡੀ ਕੀਤੀ ਹੈ, ਬਹੁਤ ਵਧੀਆ ਔਨਲਾਈਨ ਵੈਬਸਾਈਟ 'ਤੇ ਮੈਂ 3 ਮਹੀਨੇ ਆਪਣੇ ਘਰ ਬਹਿ ਕੇ ਵੀ ਤੇ ਉੱਥੇ। ਸਾਰਿਆਂ ਨੂੰ ਇਹ ਹੁੰਦਾ ਵੀ ਉੱਥੇ ਪੇਪਰ ਪਤਾ ਨਹੀਂ ਕਿੱਦਾਂ ਦਾ ਆਉਣਾ, ਤੁਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਦੱਸੋ ਵੀ ਤੁਹਾਨੂੰ ਕਿਵੇਂ ਦਾ ਪੇਪਰ ਆਇਆ ਉੱਥੇ। ਪੇਪਰ ਬਹੁਤ ਮਤਲਬ ਠੀਕ ਸੀ, ਵਧੀਆ, ਈਜੀ ਸੀ, ਇੰਨਾ ਜ਼ਿਆਦਾ ਟਫ ਡਿਫੀਕਲਟ ਨਹੀਂ ਨਹੀਂ ਸੀਗਾ। ਹੈਗਾ? ਹਾਂਜੀ, ਟਫ ਨਹੀਂ ਸੀਗਾ ਅਤੇ ਬਹੁਤ ਵਧੀਆ ਰਿਹਾ। ਇੱਕ ਦੋ ਗਲਤੀ ਹੋਈ ਮੇਰੀ, ਠੀਕ ਹੈ। ਬਾਕੀ ਦੋ ਗਲਤੀਆਂ ਹੋਈਆਂ ਨੇ ਇਹਨਾਂ ਦੀਆਂ, ਅਸੀਂ ਸਕੇਦਾਰ ਦਾ ਚੈੱਕ ਕੀਤਾ ਸੀ, ਸਿਰਫ ਦੋ ਗਲਤੀਆਂ ਤੇ ਪਾਸ ਕੀਤਾ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਕੋਲ ਪੜ੍ਹੇ ਇਹਨਾਂ ਨੇ। ਹੋਰ ਵੀ ਸਾਈਡ ਤੋਂ ਨੀਟਾ ਡਰਾਈਵਿੰਗ ਲਾਇਸੈਂਸ ਤੋਂ ਜਿਹੜੇ ਕਰ ਰਹੇ ਸਟੂਡੈਂਟ ਉੱਥੇ ਆਏ ਸੀ, ਅੱਛਾ ਜਿਹੜੇ ਜੀ, ਹੋਰ ਸ਼ਹਿਰ ਤੋਂ ਰਹਿੰਦੇ ਆ, ਠੀਕ ਉਹਨਾਂ ਹੈ, ਵੀ ਜਿਹਨਾਂ ਨੇ ਇੱਕ ਦੋ ਵੀਰ ਉਹ ਵੀ ਪਾਸ ਹੋਏ ਨੇ, ਠੀਕ ਹੈ ਜੀ। ਬਹੁਤ ਵਧੀਆ ਸਟੱਡੀ ਹੋ ਰਹੀ ਹੈ। ਤੇ ਬਹੁਤ ਬਹੁਤ ਤੁਹਾਡਾ ਥੈਂਕਸ, ਥੈਂਕ ਯੂ ਤੁਸੀਂ ਸਾਰਿਆਂ ਸਾਡੇ ਬਾਰੇ, ਸਾਡੀ ਵੈਬਸਾਈਟ ਬਾਰੇ, ਸਾਰਿਆਂ ਬਾਰੇ ਸਾਰਿਆਂ ਨੂੰ ਦੱਸਿਆ। ਤੇ ਅਸੀਂ ਤੁਹਾਨੂੰ ਫਿਰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਬੰਦਾ ਲਾਇਸੈਂਸ ਕਹਿੰਦਾ ਮੈਂ ਨਹੀਂ ਕਰ ਸਕਦਾ ਹੈਗਾ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜੇ ਕਿਸੇ ਦੂਰ ਤੁਹਾਡੇ ਕੋਲ ਕੰਮ ਨਹੀਂ ਹੈਗਾ, ਨੋ ਪ੍ਰੋਬਲਮ ਆ, ਇਹ ਨਹੀਂ ਵੀ ਅਸੀਂ ਪਹਿਲਾਂ ਤੁਹਾਡੇ ਕੋਲ ਪੈਸੇ ਲਵਾਂਗੇ ਫਿਰ ਅਸੀਂ ਤੁਹਾਨੂੰ ਆਪਣੀ ਸਟੱਡੀ ਦੇਵਾਂਗੇ। ਜੇ ਤੁਹਾਡੇ ਕੋਲ ਕੋਈ ਪ੍ਰੋਬਲਮ ਹੈਗੀ ਆ, ਤੁਹਾਡੇ ਕੋਲ ਕੰਮ ਨਹੀਂ ਹੈਗਾ, ਤੁਸੀਂ ਲਾਇਸੈਂਸ ਕਰਨਾ ਚਾਹੁੰਦੇ ਹੋ, ਤੁਸੀਂ ਆ ਕੇ ਸਾਡਾ ਆਫਿਸ ਆ ਫੋਂਦੀ, ਸਾਡਾ ਆਫਿਸ ਆ ਪ੍ਰੀਲੀਆ, ਅਸੀਂ ਨਾਪੋਲੀ ਖੋਲ੍ਹਣ ਜਾ ਰਹੇ ਹਾਂ, ਕੋਨਾ ਖੋਲ੍ਹਣ ਜਾ ਰਹੇ ਹਾਂ, ਤੁਸੀਂ ਕੰਟੈਕਟ ਕਰਕੇ ਸਾਨੂੰ ਮਿਲ ਸਕਦੇ ਹੋ ਅਤੇ ਆਪਣੀ ਸਟੱਡੀ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਮੇਰੇ ਵੱਲੋਂ ਅਤੇ ਜੱਜ ਵੀਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।